ਕਿੰਦੇ ਕੈਲੀਫੋਰਨੀਆ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਜੋ ਬਿਜ਼ਨੈਸਸ ਆ ਉਹ ਕੈਲੀਫੋਰਨੀਆ ਨੂੰ ਛੱਡ ਕੇ ਹੋਰ ਸਟੇਟਾਂ ਨੂੰ ਜਾ ਰਹੇ ਹੈਗੇ ਕਲੈਰਮੌਂਟ ਮਕੈਨਿਕ ਕਾਲਜ ਨੇ ਇੱਕ ਸਰਵੇ ਕੀਤਾ ਹੈ ਉਹਦੇ ਮੁਤਾਬਕ 64% ਬਿਜ਼ਨੈਸਸ ਆਲਰੇਡੀ ਕੈਲੀਫੋਰਨੀਆ ਨੂੰ ਛੱਡ ਕੇ ਨਵਾਦਾ ਅਰੀਜ਼ੋਨਾ ਟੈਕਸਾਸ ਤੇ ਓਰੀਗਨਸ ਚਲ ਗਏ ਆ ਪਿਛਲੇ 30 ਸਾਲਾਂ ਦੇ ਵਿੱਚ ਲਾਸ ਵੈਗਸ ਟਾਪ ਡੈਸਟੀਨੇਸ਼ਨ ਸੀ 1990 ਤੋਂ ਲੈ ਕੇ 2019 ਤੱਕ 2832 ਕੈਲੀਫੋਰਨੀਆ ਦੇ ਵੱਡੇ ਬਿਜ਼ਨੈਸਸ ਸਿਨ ਸਿਟੀ ਜਿਹੜਾ ਲਾਸ ਵੈਗਸ ਆ ਉੱਥੇ ਮੂਵ ਹੋ ਗਏ ਆ ਰਿਸਰਚਰਸ ਨੇ ਇਹ ਜਿਹੜਾ ਅਨਲਾਈਜ਼ ਕੀਤਾ ਵੀ 158 ਦੇ ਸ਼ਹਿਰ ਜੋ ਵੈਸਟਰਨ ਯੂਐਸਏ ਦੇ ਵਿੱਚ ਹੈਗੇ ਆ ਕੀ ਕਾਰਨ ਆ ਉਹਨਾਂ ਨੂੰ ਛੱਡ ਕੇ ਜਾ ਰਹੇ ਜਿੱਤੇ ਸੇਲ ਟੈਕਸ ਯੂਟਿਲਿਟੀ ਟੈਕਸ ਬਿਜ਼ਨਸ ਲਾਇਸੈਂਸ ਫੀਸ ਐਵਰੇਜ ਆਫਿਸ ਰੈਂਟ ਐਫਬੀਆਈ ਕ੍ਰਾਈਮ ਇੰਡੈਕਸ ਮੀਡੀਅਮ ਹੋਮ ਵੈਲਿਊਜ਼ ਤੇ ਮਿਨੀਮਮ ਵੇਜ ਇਹ ਸਾਰੇ ਚੀਜ਼ਾਂ ਨੇ ਜਿਹੜਾ ਅਫੈਕਟ ਕੀਤਾ ਹੈਗਾ ਆ ਸਦਰਨ ਕੈਲੀਫੋਰਨੀਆ ਚ ਕਹਿੰਦੇ ਬਿਜ਼ਨਸ ਕਰਨਾ ਹੋਰ ਵੀ ਮਹਿੰਗਾ ਆ ਬਿਜ਼ਨੈਸ ਕਹਿੰਦੇ ਕੈਲੀਫੋਰਨੀਆ ਚ ਕਾਫੀ ਪੈਸੇ ਬਣਾ ਰਹੇ ਪਰ ਕਾਰਨ ਕੀ ਆ ਵੀ ਜੋ ਨੈਟ ਪ੍ਰੋਫਿਟ ਆ ਉਹ ਉਹਨਾਂ ਦਾ ਕਾਫੀ ਘਟ ਰਿਹਾ ਆ ਇੰਨੇ ਜਿਆਦਾ ਜਿਹੜੇ ਆ ਵੱਖ-ਵੱਖ ਰੈਗੂਲੇਟਰੀ ਫੀਸ ਤੇ ਹੋਰ ਜਿਹੜੇ ਮੈਂ ਪਹਿਲਾਂ ਪੁਆਇੰਟ ਦੱਸਿਆ ਉਹਨਾਂ ਨੂੰ ਲੈ ਕੇ ਹੂੰ ਜੀ ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਆਪਾਂ ਪਿਛਲੇ ਦਿਨਾਂ 'ਚ ਵੀ ਖ਼ਬਰ ਕੀਤੀ ਸੀ ਵੀ ਕਿਦਾਂ ਜਿਹੜੀ ਕੈਲੀਫੋਰਨੀਆ ਦੀ ਸਭ ਤੋਂ ਵੱਡੀ ਕਾਉਂਟੀ ਆ ਕੈਲੀਫੋਰਨੀਆ ਨੂੰ ਛੱਡ ਕੇ ਇੱਕ ਵੱਖਰੇ ਸਟੇਟ ਫੋਡਵਲ ਟਰਾਈ ਜਿਹੜੀ ਕਰ ਰਹੀ ਆ ਉੱਥੇ ਸੈਨ ਬਰਨਰਡੀਨੋ ਕਾਉਂਟੀ ਦੇ ਵਿੱਚ ਬੈਲਟ ਮੈਜਰ ਜਿਹੜਾ ਪਾਸ ਹੋਇਆ ਸੀਗਾ ਬਿ ਸਟੇਟ ਰਿਸੋਰਸਿਸ ਅਪਰੋਪ੍ਰੀਏਸ਼ਨਸ ਨੂੰ ਜਿਹੜਾ ਉਹ ਚੈੱਕ ਕਰਨ ਦੇ ਲਈ ਰਿਵਿਊ ਕਰਨ ਦੇ ਲਈ ਵੀ ਸਸੀਸ਼ਨ ਜਿਹੜੀ ਆ ਸਸੀਡ ਕਰਦਾ ਹੈ ਜੇ ਸਟੇਟ ਆਫ ਕੈਲੀਫੋਰਨੀਆ ਤੋਂ ਆਲਦੋ ਕਿੰਨੇ ਵੀ ਬੜਾ ਲੌਂਗ ਸ਼ੌਰਟ ਆ ਇਹਨਾਂ ਵਿੱਚ ਆ ਜਿਹੜੇ ਕਾਰਨ ਵੀ ਕਈ ਉਥੋਂ ਦੇ ਜਿਹੜੇ ਸਰਵਨ ਕੈਲੀਫੋਰਨੀਆ ਵਾਲੇ ਦੱਸਦੇ ਆ ਵੀ ਇਸੇ ਕਰਕੇ ਅਸੀਂ ਵੱਖ ਹੋਣ ਨੂੰ ਫਿਰਦੇ ਆ ਕੈਲੀਫੋਰਨੀਆ ਦੇ ਨਾਲੋਂ 220 ਵਾਰੀ ਟਰਾਈ ਕੀਤੀ ਗਈ ਆ ਕੈਲੀਫੋਰਨੀਆ ਨੂੰ ਦੇ ਵਿੱਚੋਂ ਕੋਈ ਸਸੀਡ ਕਰੇ ਜਾਂ ਉਸਦੇ ਟੋਟੇ ਕਰਨ ਦੇ ਲਈ 172 ਸਾਲਾਂ ਦੇ ਇਤਿਹਾਸ ਦੇ ਵਿੱਚ ਕੈਲੀਫੋਰਨੀਆ ਦੇ ਭਰਾ ਜਿੱਤ ਤੱਕ ਕਾਮਯਾਬੀ ਕਿਸੇ ਨੂੰ ਵੀ ਨਹੀਂ ਮਿਲੀ ਕਾਂਗਰਸ ਦੀ ਅਪਰੂਵਲ ਸਟੇਟ ਲੈਜਿਸਲੇਚਰ ਦੀ ਅਪਰੂਵਲ ਉਹ ਹੋਣੀ ਜ਼ਰੂਰੀ ਆ ਪਰ ਕਿਉਂਕਿ ਮੈਜੋਰਟੀ ਆਫ ਦੇ ਜਿਹੜੇ ਲੈਜਿਸਲੇਚਰਸ ਆ ਉਹ ਹੋਰ ਕਾਉਂਟੀਜ਼ ਦੇ ਵਿੱਚੋਂ ਆਵੇਂ ਵੀ ਉਹ ਚਾਹੁੰਦੇ ਵੀ ਨਹੀਂ ਹੋਣਗੇ ਵੀ ਇਹ ਚੀਜ਼ ਹੋਵੇ ਹੈ ਤਾਂ ਕਹਿੰਦੇ ਲੌਂਗ ਸ਼ਾਟ ਪਰ ਟਰਾਈ ਜਿਹੜੇ ਆ ਉਹ ਕਰ ਰਹੇ ਆ 2.2 ਮਿਲੀਅਨ ਦੀ ਪੋਪੂਲੇਸ਼ਨ ਵਾਲੀ ਜਿਹੜੀ ਇਹ ਕੈਲੀਫੋਰਨੀਆ ਦੀ ਵਨ ਆਫ ਦਾ ਬਿਗੇਸਟ ਕਾਉਂਟੀ ਜਿਹੜੀ ਆ ਉਹ ਇਸ ਮੈਜਰ ਦੇ ਵਿੱਚ ਹੁਣ ਅੱਗੇ ਜ਼ਰੂਰ ਵੱਧ ਰਹੀ ਹੈਗੀ ਆ ਰੋ ਜਿਹੜੀ ਰੇਲ ਟੂ ਨੋਵੇਅਰ ਵੀ ਉਹਨਾਂ ਨੇ ਇਸ ਦੇ ਵਿੱਚ ਉਹ ਆਖਿਆ ਕਿੰਨੇ ਵੀ ਗਵਰਨਰ ਜਿਹੜਾ ਸਾਡੇ ਸੂਬੇ ਦਾ ਸਾਨੂੰ ਲਗਾਤਾਰ ਇਗਨੋਰ ਕਰ ਰਿਹਾ ਹੈ ਕੀ ਹੋ ਰਿਹਾ ਹੈ ਉੱਥੇ ਸੋ ਇਸ ਲਈ ਸਾਨੂੰ ਜਿਹੜਾ ਇਹ ਮੁੱਦਾ ਆਪਣੇ ਹੱਥ ਦੇ ਵਿੱਚ ਚੱਕਣਾ ਪਿਆ ਹੈ ਅ ਅਗਲੀ ਖਬਰ ਵੱ ਚਲੀਏ ਐਫਟੀਐਕਸ ਦਾ ਫਾਊਂਡਰ ਸੇਮ ਬੈਂਕਮੈਨ ਫਰਾਈਡ ਜਿਸ ਦੀ ਜਿਹੜੀ ਕੰਪਨੀ ਸੀ ਕ੍ਰਿਪਟੋ ਕਰੰਸੀ ਵਾਲੀ ਪੂਰੀ ਬੈਂਕਰਪਟ ਹੋ ਗਈ ਲੋਕਾਂ ਦੇ ਲੱਖਾਂ ਮਿਲੀਅਨਸ ਆਫ ਡਾਲਰ ਮਾਰ ਗਿਆ ਤੇ ਉਸ ਨੂੰ ਯੂ ਐਸ ਦੀ ਸਰਕਾਰ ਜਿਹੜੀ ਆ ਉਹ ਬਹਾਮਾਸ ਤੋਂ ਇੱਥੇ ਯੂ ਐਸ اے ਦੇ ਵਿੱਚ ਉਹਦੇ ਅਗੇਂਸਟ ਚਾਰਜ ਲਾਉਣ ਲਈ ਲੈ ਆਈ ਸੀ ਤੇ ਅੱਜ ਉਸ ਨੇ 250 ਮਿਲੀਅਨ ਡਾਲਰ ਦੀ ਬੇਲ ਦੇ ਕੇ ਆਪਣੇ ਆਪ ਨੂੰ ਜਿਹੜਾ ਆ ਬਾਹਰ ਕੱਢ ਲਿਆ ਹੈਗਾ ਆ ਬੈਂਕਮੈਨ ਫਰਾਇਡ ਨੂੰ ਐਕਸਟਰੈਡਾਈਟ ਕੀਤਾ ਸੀ ਬਹਾਮਾਸ ਤੋਂ ਵੈਸਟਚੈਸਟਰ ਕਾਉਂਟੀ ਨਿਊਯਾਰਕ ਨੂੰ ਤੇ ਦੋ ਦੇ ਐਗਜ਼ੀਕਿਊਟਿਵ ਕੈਰੋਲਿਨ ਐਲਸਨ ਤੇ ਗੈਰੀ ਵਾਂਗ ਉਹਨਾਂ ਨੇ ਆਲਰੇਡੀ ਗਿਲਟੀ ਪਲੀਆ ਕਰ ਰਿਹਾ ਤੇ ਕ੍ਰਿਮੀਨਲ ਚਾਰजेस ਉਹਨਾਂ ਦੇ ਵੀ ਉਹਨਾਂ ਨੇ ਕੀਤੇ ਆ ਕਈ ਫਰਾਡ ਕੀਤੇ ਹੈਗੇ ਆ ਸੋ ਹੋ ਸਕਦਾ ਉਹ ਗਵਰਨਮੈਂਟ ਦਾ ਸਾਥ ਦੇ ਦੇਣ ਐਫਟੀਐਕਸ ਦੇ ਫਾਊਂਡਰ ਸैम ਫਰਾਇਡ ਨੂੰ 250 ਮਿਲੀਅਨ ਡਾਲਰ ਦੀ ਬੌਂਡ ਜੋ ਬੌਂਡ ਉਹਨ ਲਿਆਇਆ ਕਹਿੰਦੇ ਪਈ ਉਹਦੇ ਪਰਿਵਾਰ ਦਾ ਜਿਹੜਾ ਘਰ ਆ ਉਹਦੇ ਅਗੇਂਸਟ ਲਿਆ ਗਿਆ ਹੈਗਾ ਆ ਸੋ ਅਗਲੀ ਹੀアリング ਇਹਦੀ ਜਨਵਰੀ 3 ਨੂੰ ਜਿਹੜੇ ਜੱਜ ਰੌਨੀ ਅਬਰਾਮਸ ਆ ਨਿਊਯਾਰਕ ਚ ਉਹਨਾਂ ਦੀ ਕੋਰਟ ਦੇ ਵਿੱਚ ਰੱਖੀ ਗਈ ਆ ਜੀ ਜੀ ਬਿਲਕੁਲ